ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਮਾਲਵੇ ਦੇ ਪਿੰਡ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸੂਬਾ ਜਾਂ ਦੇਸ਼ ਦੇ ਲੋਕਾਂ 'ਚ ਰੋਸ ਨਹੀਂ ਪਾਇਆ ਜਾ ਰਿਹਾ, ਸਗੋਂ ਸਰਹੱਦਾਂ ਪਾਰ ਕਰਕੇ ਵਿਦੇਸ਼ 'ਚ ਬੈਠੇ ਪੰਜਾਬੀ ਅਤੇ ਸਿੱਖ ਭਾਈਚਾਰੇ ਅੰਦਰ ਵੀ ਵਿਆਪਕ ਰੋਹ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ਦੀ ਜਾਂਚ ਦੇ ਲਈ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਸਾਜ਼ੋਰਾ ਸਿੰਘ ਨੂੰ ਅਪੁਆਇੰਟ ਵੀ ਕਰ ਦਿੱਤਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਮੰਦਭਾਗੀ ਘਟਨਾ ਬਾਰੇ ਜਿਹੜਾ ਵੀ ਕੋਈ ਜਾਣਕਾਰੀ ਦੇਵੇਗਾ ਘੱਟੋ ਘੱਟ 1 ਕਰੋੜ ਰੁਪਇਆ ਉਸਨੂੰ ਇਨਾਮ ਦੇ ਤੌਰ 'ਤੇ ਦਿੱਤਾ ਜਾਵੇਗਾ। ਸਿੱਖ ਜਥੇਬੰਦੀਆਂ ਇਸ ਸਾਰੇ ਮੁੱਦੇ 'ਤੇ ਆਪਣਾ ਰੋਸ ਪ੍ਰਗਟ ਕਰ ਰਹੀਆਂ ਔਰ ਉਹਨਾਂ ਵੱਲੋਂ ਕਹਿਣਾ ਕਿ ਸਰਕਾਰ ਦੀ ਅਣਗਹਿਲੀ ਕਰਕੇ ਜਿਹੜਾ ਸਾਰਾ ਮਾਮਲਾ ਹੈ ਇੰਨਾ ਵਿਗੜਿਆ। ਇਹਨਾਂ ਸਾਰੇ ਮੁੱਦਿਆਂ 'ਤੇ ਕਿਸਦਾ ਕਸੂਰ ਹੈ, ਕੌਣ ਜ਼ਿੰਮੇਵਾਰ ਹੈ, ਇਹਨਾਂ ਸਾਰੇ ਮਾਮਲਿਆਂ 'ਤੇ ਚਰਚਾ ਨੂੰ ਲੈ ਕੇ ਸਾਡੇ ਅੱਜ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਜੁੜੇ ਹੋਏ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪਾਰਲੀਮੈਂਟ ਮੈਂਬਰ, ਇਸੇ ਤਰ੍ਹਾਂ ਸਾਡੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਕਨਰ ਸੀ ਡੀ ਕੰਬੋਜ, ਮੈਂ ਕੰਬੋਜ ਸਾਹਿਬ ਨੂੰ ਵੀ ਜੀ ਆਖਦਾ, ਸਾਡੇ ਨਾਲ ਤੀਜੇ ਮਹਿਮਾਨ ਜਿਹੜੇ ਹੈਗੇ ਪ੍ਰੋਫੈਸਰ ਸ਼ਾਮ ਸਿੰਘ, ਮੈਂ ਉਹਨਾਂ ਨੂੰ ਵੀ ਜੀ ਆਖਦਾ ਸੀਨੀਅਰ ਪੱਤਰਕਾਰ। ਪ੍ਰੋਫੈਸਰ, ਜਿੱਦਾਂ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ, ਇੱਕ ਅਕਸਰ ਇਹ ਗੱਲ ਜਿਹੜੀ ਆਈ ਹੈ ਕਿ ਵੀ ਜੋ ਕੁਝ ਵਾਪਰਿਆ ਬਹੁਤ ਹੀ ਮੰਦ ਭਾਗਾ, ਇਹਦੇ ਬਾਰੇ ਕੋਈ ਦੋ ਰਾਮ ਨਹੀਂ, ਸਾਰੇ ਪੰਜਾਬ 'ਚ ਸੁੱਖ ਸ਼ਾਂਤੀ ਚਾਹੁੰਦੇ ਆ, ਜੋ ਗ੍ਰੰਥ ਸਾਹਿਬ ਮਨੁੱਖਤਾ ਦਾ ਸੁਨੇਹਾ ਦੇਣ ਵਾਲਾ ਹੈ ਉਹਦੇ ਬਾਰੇ ਵੀ ਕੋਈ ਦੋ ਰਾਮ ਨਹੀਂ, ਜੋ ਉਹਨਾਂ ਦਾ ਸਤਿਕਾਰ ਹੈ। ਪਰ ਕਿਹਾ ਇਹ ਜਾ ਰਿਹਾ ਕਿ ਵੀ ਇਹ ਘਟਨਾ ਨੂੰ ਸੰਭਾਲਣ ਦੇ ਵਿੱਚ ਜਦੋਂ ਜਾਣਕਾਰੀ ਮਿਲੀ ਕਾਫੀ ਕਤਾਈ ਹੋਈ, ਦੇਰੀ ਹੋਈ, ਜਿਹਦੇ ਕਰਕੇ ਮਾਮਲਾ ਸਾਰਾ ਵਿਗੜ ਗਿਆ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਗੁਰੂ ਦੇ ਬਰਾਬਰ ਸਮਝਦੇ ਹਾਂ, ਜੀ ਜੀ, ਜੋ ਘਟਨਾ ਵਾਪਰੀ ਹੈ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ, ਇਹ 3 ਹਿੱਸਿਆਂ 'ਚ। ਇੱਕ ਤਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਚੋਰੀ ਕੀਤੇ ਗਏ, ਦੂਜਾ ਹਿੱਸਾ ਹੈ ਬਰਗਾੜੀ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਅਲੱਗ ਅਲੱਗ ਕਰਕੇ ਉੱਥੇ ਗਲੀਆਂ ਦੇ ਵਿੱਚ ਪਾਏ ਗਏ। ਤੀਜਾ ਹਿੱਸਾ ਹੈ ਕਿ ਇਸ ਘਟਨਾ ਦੇ ਬਾਅਦ ਜੋ ਪ੍ਰਤੀਕਰਮ ਦੇ ਵਿੱਚ ਜੋ 2 ਬਹੁਤ ਹੀ ਕੀਮਤੀ ਜਾਨਾਂ ਗਈਆਂ, 3 ਹਿੱਸੇ ਨੇ। ਔਰ ਮੈਂ ਸਮਝਦਾ ਇਹ ਬਹੁਤ ਹੀ ਘਨਾਉਣੀ, ਘਟੀਆ, ਔਰ ਮੈਂ ਇੱਥੇ ਤਾਂ ਕਹਿ ਸਕਦਾ ਵੀ ਸਾਡੇ ਮਨਾਂ ਵਿੱਚ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਵੀ ਜਿਵੇਂ ਸਾਡੇ ਬਾਪ ਦਾ ਕਤਲ ਹੋ ਗਿਆ। ਸੋ ਇਸ ਸਾਰੀ ਸਥਿਤੀ ਨੂੰ ਗੰਭੀਰਤਾ ਨਾਲ ਪੰਜਾਬ ਸਰਕਾਰ ਨੇ ਜਦੋਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਉਹਨੂੰ ਹਰਕਤ 'ਚ ਲੈ ਕੇ, ਮੈਂ ਸਮਝਦਾ ਕਿ ਸਭ ਤੋਂ ਫਸਟ ਪ੍ਰਾਇਓਰਟੀ ਸਾਡੀ ਇਹੀ ਆ ਕਿ ਜਿਹੜੇ ਦੋਸ਼ੀ ਨੇ, ਜਿਨ੍ਹਾਂ ਨੇ ਇਹ ਘਨਾਉਣੀ ਕਾਰਵਾਈ ਕੀਤੀ, ਜਿਨ੍ਹਾਂ ਨੇ ਐਡੀ ਜ਼ੁਰਤ ਕੀਤੀ ਕਿ ਸਾਡੇ ਗੁਰੂ ਦਾ ਅਪਮਾਨ ਕਰਨ ਤੱਕ ਗਏ, ਉਹਨਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਾ ਜਾਵੇ, ਉਹਨਾਂ ਦੀ ਪਹਿਚਾਣ ਜਲਦੀ ਤੋਂ ਜਲਦੀ ਕੀਤੀ ਜਾਵੇ। ਇਹਦੇ ਲਈ ਸੀਟ ਬਿਠਾਈ ਆ, ਉਹ ਬਹੁਤ ਜਲਦੀ ਨਤੀਜੇ ਸਾਹਮਣੇ ਆਏਗੀ। ਅਤੇ ਜਿੱਥੇ ਤੱਕ ਜਿਹੜੀ 2 ਜਾਨਾਂ ਕੀਮਤੀ ਗਈਆਂ ਉਹਨਾਂ ਬਾਰੇ ਵੀ ਕੌਣ ਜ਼ਿੰਮੇਵਾਰ ਆ, ਕਿਉਂ ਹੋਈ, ਕਿਸ ਤਰ੍ਹਾਂ ਹੋਈ, ਅਤੇ ਉਹ ਬਹੁਤ ਜਲਦੀ ਮਤਲਬ 2 ਮਹੀਨਿਆਂ ਦੇ ਵਿੱਚ ਜਸਟ ਜੋਰਾ ਸਿੰਘ ਦੀ। ਓਕੇ ਓਕੇ ਪ੍ਰੋਫੈਸਰ, ਇਸ ਮੁੱਦੇ 'ਤੇ ਆਪਾਂ ਦੁਬਾਰਾ ਵੀ ਗੱਲ ਕਰਦੇ ਹਾਂ। ਇੱਕ ਜਿਹੜੀ ਮੈਂ ਗੱਲ ਕੁਐਸਚਨ ਇਸ ਮੁੱਦੇ 'ਤੇ ਹੈ ਕਿ ਵੀ ਜੋ ਪਤਾ ਲੱਗਿਆ ਕਿ ਵੀ ਕਾਫੀ ਦਿਨ ਪਹਿਲਾਂ ਜੋ ਘਟਨਾ ਵਾਪਰੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਉਹਦੇ ਬਾਰੇ ਕਈ ਦਿਨ ਪਹਿਲਾਂ ਇਸ 'ਤੇ ਚਰਚਾ ਹੋ ਗਈ ਜਾਂ ਜਾਣਕਾਰੀ 'ਚ ਆ ਗਿਆ, ਚਾਹੇ ਉੱਥੋਂ ਦੀ ਪ੍ਰਸ਼ਾਸਨ ਦੀ ਅਣਗਹਿਲੀ ਕਹਿ ਲਓ, ਚਾਹੇ ਸਰਕਾਰ ਦੀ ਅਣਗਹਿਲੀ ਕਰੋ, ਉਹ ਜਿਹੜੀ ਦੇਰੀ ਹੋਈ ਹੈ ਉਹਦੇ ਕਰਕੇ ਵੀ ਕਾਫੀ ਕੰਪਲੀਕੇਟਡ ਹੋਇਆ ਸਿਚੁਏਸ਼ਨ। ਦੇਖੋ, ਕੰਪਲੀਕੇਟਡ ਤਾਂ ਹੋਇਆ ਹੀ, ਦੇਰੀ ਵੀ ਹੋਈ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹੇਠਲੇ ਲੈਵਲ 'ਤੇ ਅਣਗਹਿਲੀ ਵੀ ਹੋਈ ਆ ਜੀ। ਔਰ ਉਹਨੂੰ ਪਿਨ ਪੁਆਇੰਟ ਕਰਨ ਲਈ ਹੀ ਜਿਹੜੀ ADGP ਲਾਈਨ ਕ੍ਰਾਈਮ ਦੀ ਹੈਡਸ਼ਿਪ ਥੱਲੇ 2 DIG ਨਾਲ ਲਾਏ ਨੇ ਖਰੜਾ ਸਾਹਿਬ, ਉਹ ਅਸੀਂ ਇਸੇ ਕਰਕੇ ਵੀ ਕਿੱਥੋਂ ਹੀ ਦੇਰੀ ਅਣਗਹਿਲੀ ਹੋਈ ਆ, ਕੌਣ ਇਹਦੇ ਲਈ ਜ਼ਿੰਮੇਵਾਰ ਆ, ਉਹ ਜਿਹੜੇ ਜਿਹਨੇ ਵੀ ਲਾਪਰਵਾਹੀ ਵਰਤੀ, ਜਿਹੜਾ ਵੀ ਜ਼ਿੰਮੇਵਾਰ ਆ, ਨਾ ਤਾਂ ਉਹਨੂੰ ਬਖਸ਼ਿਆ ਜਾਏਗਾ। ਓਕੇ ਓਕੇ। ਅਤੇ ਦੂਜੀਆਂ ਘਟਨਾਵਾਂ ਜਿਹੜੀਆਂ ਨੇ ਉਹਦੇ ਵਿੱਚ ਵੀ ਜਿਹੜਾ ਸ਼ਾਮਿਲ ਆ, ਇਸ ਗੱਲ 'ਤੇ ਦੇਖੋ ਸਰਕਾਰ ਪੰਜਾਬ ਦੀ ਡਿਟਰਮਿਨਡ ਆ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਬਖਸ਼ਿਆ ਨਹੀਂ ਜਾਣਾ। ਓਕੇ ਪ੍ਰੋਫੈਸਰ, ਮੈਂ ਯਾਰ ਇਹ ਇੱਕ ਸਾਜ਼ਿਸ਼ ਦਾ ਹਿੱਸਾ ਜੀ ਜੀ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣਾ ਚਾਹੁੰਦਾ ਜੀ ਜੀ ਜੀ, ਜਿਹੜੇ ਵੀ ਕਿਸੇ ਨੇ ਇਹ ਘਨਾਉਣੀ ਕਾਰਵਾਈ ਕੀਤੀ ਆ। ਓਕੇ ਪ੍ਰੋਫੈਸਰ, ਇਹ ਅੱਗੇ ਜਾਂਚ ਤੋਂ ਬਾਅਦ ਸਾਹਮਣੇ ਆਏਗੀ। ਕੰਬੋਜ ਸਾਹਿਬ, ਜਿੱਦਾਂ ਦੀ ਗੱਲ ਸਿੱਧੀ ਉੱਭਰ ਕੇ ਸਾਹਮਣੇ ਆ ਰਹੀ, ਅਕਸਰ ਜਿਹੜੀਆਂ ਸਿੱਖ ਜਥੇਬੰਦੀਆਂ ਪ੍ਰੋਟੈਸਟ ਵੀ ਕਰ ਰਹੀਆਂ, ਪੋਲੀਟੀਕਲ ਲੀਡਰਸ਼ਿਪ ਵੱਲੋਂ ਵੀ ਆ ਰਿਹਾ ਕਿ ਸਰਕਾਰ ਸਥਿਤੀ ਨੂੰ ਪ੍ਰੋਪਰ ਤਰੀਕੇ ਨਾਲ ਹੈਂਡਲ ਨਹੀਂ ਕਰ ਸਕੀ। ਦੇਖੋ, ਮੈਂ ਸਮਝਦਾ ਸਿੱਧੂ ਸਾਹਿਬ, ਮੈਂ ਪਹਿਲੀ ਗੱਲ ਤਾਂ ਚੰਦੂਮਾਜਰਾ ਸਾਹਿਬ ਨਾਲ ਇਸ ਕਰਕੇ ਸਹਿਮ ਇਸ ਗੱਲ 'ਤੇ ਸਹਿਮਤ ਹਾਂ
कि जो ये घटना वापरी है ये सिख जगत दे नहीं सब लोगों के दिल वलूंदरे गए जी जी चंदूमाजरा साहब ने कहा भी गुरु ग्रंथ साहब साढ़े गुरु के बराबर है गुरु के बराबर नहीं साढ़ा गुरु है और जो कुछ घटना हुई वो निंदन की गल तो बहुत अगे तक गल हुई है ये सबनों बड़ा अफसोस है लेकिन जो चंदूमाजरा साहब कहते हैं दूजी गल मैं इन्हों सहमत नहीं जून 7 तरीक न एक घटना वापरी जो गुरु महाराज साहब की बीड़ जी है वह गुम हुई उस तो बाद सिख जथेबंदियों ने जड़ा है रोस दिखावा किया इहदा मतलब सरकार नू 7 जून नू पता लग गया सी ये घटना हुई उस तो बाद सितंबर 24 नू 5 पिंडां दे विच हाथ दे लिखे हुए इश्तहार वो लगे हुए सी उस वेले भी गवर्नमेंट नू पता लग गया जी उस तो बाद अक्टूबर 12 नू ये जो घटना हुई है जी एक घटना नहीं है ये शर्म का बहुत वड्डे एक उदाहरण है कि सवेर दे 5 बजे लोग जपजी साहब का पाठ कर रहे ने शांतमय तरीके नाल पुलिस आती है उन्होंने कुटन मारन लग पैंदी है गोलियां चलाउंदी है बंदे मर जाते हैं तो फिर उस वेले तक जिहड़ा है मैनू ये समझ नहीं आती कि केड़ा कमीशन ये तो लटकाउण दीआं गल्लां ने जज नूं लाता जी ये करता वो करता मैनू ये दसो जून 7 तो लैके अक्टूबर 12 तक कौन जिम्मेवार है इस गल का जो इत्थे तक ये गल पहुंची है ਤੁਸੀਂ ਅੱਜ ਕਹਿ ਰਹੇ ਹੋ ਅਸੀਂ ਕਮਿਸ਼ਨ ਲਗਾ ਦਾਂਗੇ ਅੱਜ ਕਹਿ ਦਾਂਗੇ ਅਸੀਂ ਜਿਹੜੇ ਕਿਸੇ ਤੁਸੀਂ ਥੱਲੇ 1 ਕਰੋੜ ਰੁਪਇਆ ਦੇ ਦਿੱਤਾ ਤੁਸੀਂ ਕਹਿੰਦੇ ਜੀ ਸਕੈਚ ਬਣਾ ਤੇ ਇਹ ਤੁਸੀਂ 1 ਕਰੋੜ ਰੁਪਇਆ ਜਾਂ ਸਕੈਚ ਬਣਾਇਆ ਜਾਂ ਜੋ ਕੁਛ ਵੀ ਹੈ ਤੁਹਾਨੂੰ ਅੱਜ 5 ਮਹੀਨਿਆਂ ਬਾਅਦ ਜਾਗ ਆ ਰਹੀ ਹੈ 5 ਮਹੀਨੇ ਪਹਿਲਾਂ ਤੁਸੀਂ ਕਿੱਥੇ ਸੀ ਤੇ ਇਸ ਮੁੱਦੇ ਤੇ ਅਸੀਂ ਇਸ ਮੁੱਦੇ ਤੇ ਪ੍ਰੈਸਾ ਵੱਲ ਆਉਂਦੇ ਹਾਂ ਮੈਂ ਪ੍ਰੈਸਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸ਼ਾਹ ਸਿੰਘ ਜੀ ਕਿ ਜੋ ਸਾਰਾ ਇਹ ਘਟਨਾਕ੍ਰਮ ਵਾਪਰਿਆ ਜੇ ਜਰਨਲਿਸਟ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਲੋਕਾਂ 'ਚ ਗੱਲ ਹੈ ਨਾ ਇਸ ਵੇਲੇ ਮੈਂ ਉਹ ਗੱਲ ਕਰਨੀ ਚਾਹੁੰਦਾ ਇਹ ਦੋਵਾਂ ਸੱਜਣਾਂ ਨੇ ਆਪਣਾ ਆਪਣਾ ਪੱਖ ਪੇਸ਼ ਕੀਤਾ ਮੈਂ ਸਮਝਦਾ ਵੀ ਉਹਨਾਂ ਲੋਕਾਂ ਦੀ ਗੱਲ ਵੀ ਕਿਸੇ ਹੱਦ ਤੱਕ ਸਹੀ ਹੋ ਸਕਦੀ ਆ ਉਹ ਕਹਿੰਦੇ ਨੇ ਵੀ ਜਿਹੜਾ ਸਿੱਖ ਸਾਹਿਬਾਨ ਨੇ ਸਿਰਸੇ ਵਾਲੇ ਸਾਧ ਦੇ ਖਿਲਾਫ਼ ਜੋ ਮੁਆਫ਼ੀ ਦਿੱਤੀ ਆ ਭਈ ਉਹਨੂੰ ਲੋਕਾਂ ਦੇ ਦਿਲਾਂ 'ਚੋਂ ਕੱਢਣ ਲਈ ਇਹ ਇੱਕ ਨਵੀਂ ਘਟਨਾ ਓਕੇ ਸਾਹਮਣੇ ਲੈਣ ਦੀ ਆ ਓਕੇ ਅਤੇ ਇਸ ਕਰਕੇ ਵੀ ਉਹਦਾ ਚੇਤਾ ਹੀ ਨਾ ਰਹੇ ਕਿਉਂਕਿ ਉਹ ਉਹਨਾਂ ਨੂੰ ਪਿਛਲੇ ਦਿਨਾਂ 'ਚ ਜੋ ਅਖਬਾਰਾਂ 'ਚ ਛਪਿਆ ਮੈਂ ਉਸਦੇ ਆਧਾਰ 'ਤੇ ਕਹਿ ਰਿਹਾ ਭਈ ਉਹਨਾਂ ਨੂੰ ਸਿਕਿਉਰਿਟੀ ਵਧਾਈ ਗਈ ਆ ਉਹਨਾਂ ਨੂੰ ਖਤਰਾ ਤਾਂ ਹੀ ਸਿਕਿਉਰਿਟੀ ਕਿਸੇ ਤਾਂ ਹੀ ਵੱਧਦੀ ਆ ਤਾਂ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਇਸ ਘਟਨਾ ਨੂੰ ਦਬਾਉਣ ਲਈ ਲੋਕਾਂ ਦੇ ਦਿਲਾਂ 'ਚੋਂ ਕੱਢਣ ਲਈ ਇਹ ਵੀ ਕਿਹਾ ਜਾ ਰਿਹਾ ਵੀ ਇਹ ਘਟਨਾ ਨਵੀਂ ਆ ਗਈ ਆ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਤੁਹਾਨੂੰ ਚੰਦੂਮਾਜਰਾ ਸਾਹਿਬ ਔਰ ਇਹ ਦੋਵੇਂ ਪਹਿਲਾਂ ਹੀ ਦੱਸ ਚੁੱਕੇ ਆ ਲੇਕਿਨ ਇੱਕ ਗੱਲ ਜ਼ਰੂਰ ਹੈ ਵੀ ਇਹਦੇ ਵਿੱਚ ਜਿਹੜੇ ਅਫਸਰ ਹੈ ਉਹ ਜ਼ਰੂਰ ਆਪ ਹੁਦਰੇ ਵਗੇ ਨੇ ਅਤੇ ਆਪ ਹੁਦਰੇ ਵਗਣ ਕਰਕੇ ਹੀ ਇਹ ਸਾਰੀ ਸਿਚੁਏਸ਼ਨ ਵਿਗੜੀ ਆ ਅਦਰਵਾਈਜ਼ ਸੰਤ ਜਿਹੜੇ ਆ ਉਹ ਤਾਂ ਉੱਥੇ ਹਥਿਆਰ ਲੈ ਕੇ ਨਹੀਂ ਬੈਠੇ ਸੰਤ ਤਾਂ ਪਾਠ ਕਰਦੇ ਨੇ ਉਹਨਾਂ ਦਾ ਕਹਿਣਾ ਵੀ ਕਿਸੇ ਪੀਸਫੁਲ ਤਰੀਕੇ ਨਾਲ ਉਹਨਾਂ ਕੋਲ ਪਾਠ ਦਾ ਹਥਿਆਰ ਹੈ ਸ਼ਾਂਤਮਈ ਹਥਿਆਰ ਹੈ ਉਹ ਆਰਾਮ ਨਾਲ ਕਰ ਰਹੇ ਨੇ ਧਰਨਾ ਦੇ ਰਹੇ ਨੇ ਅਤੇ ਜੇ ਉਹ ਸਾਰਾ ਕੁਝ ਕਰ ਰਹੇ ਉਹਨਾਂ ਨੂੰ ਅਰੈਸਟ ਕਰਨ ਦੀ ਕੀ ਲੋੜ ਸੀ ਉਹਦੇ ਨਾਲ ਰੋਹ ਜਾਗਿਆ ਓਕੇ ਠੀਕ ਹੈ ਪੁਲਿਸ ਨੇ ਆ ਕੇ ਜਿਵੇਂ ਕੰਬੋਜ ਸਾਹਿਬ ਦੱਸਦੇ ਨੇ ਵੀ ਉਹਨਾਂ ਨੇ ਵਧੀਕੀ ਕਰਤੀ ਵਧੀਕੀ ਅੱਗੇ ਤਾਂ ਜਿਵੇਂ ਬਾਣ ਲੱਗ ਗਏ ਤਵੇ ਰੋਸ ਜਾਗ ਗਏ ਫਿਰ ਰੋਸ ਜਾਗਣੇ ਸਾਰੀ ਸਥਿਤੀ ਉਹਦੇ ਕਰਕੇ ਵਿਗੜੀ ਜੀ ਪੁਲਿਸ ਐਕਸ਼ਨ ਦੀ ਜ਼ਰੂਰਤ ਕੀ ਸੀ ਤੁਸੀਂ ਦੇਖੋ ਉਹਨਾਂ ਕੋਲ ਕੋਈ AK-47 ਲੈ ਕੇ ਬੈਠੇ ਸੀ ਕੋਈ ਉੱਥੇ ਉਹ APC ਲੈ ਕੇ ਬੈਠੇ ਸੀ ਉਹ ਕੀ ਸੀ ਉਹਨਾਂ ਕੋਲ ਹਥਿਆਰ ਜਿਹਦੇ ਕਰਕੇ ਤੁਹਾਨੂੰ ਉਹ ਕਰਨਾ ਸੀ ਉਹ ਪ੍ਰੈਸਾਂ ਤੋਂ ਪੁੱਛਦੇ ਇਹਦੇ ਬਾਰੇ ਇਹ ਜਿਸ ਤੱਕ ਤਾਂ ਸਾਹ ਸ਼ਾਮ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਨਾ ਜਿਹੜੀ ਸ਼ਾਮ ਸਿੰਘ ਉਹਨਾਂ ਨੇ ਗੱਲ ਕੀਤੀ ਉਹਦੇ 'ਚ ਗੱਲ ਜਿਹੜੀ ਤੁਸੀਂ ਜਵਾਬ ਚਾਹਾਂਗੇ ਉਹ ਇਹ ਹੈਗਾ ਕਿ ਉਹਨਾਂ ਨੂੰ ਲੱਗਦਾ ਕਿ ਜਿਵੇਂ ਡੇਰਾ ਸੱਚਾ ਸੌਦਾ ਦੀ ਗੱਲ ਹੈ ਉਹੀ ਗੱਲ ਕਹਿਣ ਲੱਗਾ ਸੀ ਟਵਿਸਟ ਕਰਨ ਦੇ ਲਈ ਕਿਸੇ ਫੋਰਸ ਨੇ ਇਧਰ ਨੂੰ ਮੁੜਿਆ ਉਹ ਗੱਲ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੋ ਸਕਦੀ ਬੜੇ ਸੀਨੀਅਰ ਪੱਤਰਕਾਰ ਨੇ ਇਹ ਬਹੁਤ ਇਹਨਾਂ ਦਾ ਤਜਰਬਾ ਮਤਲਬ ਇਸ ਕਿਸਮ ਦੀ ਕਮੇਣਗੀ ਵਾਲੀ ਘਟੀਆ ਗੱਲ ਕਦੇ ਸੋਚ ਵੀ ਸਕਦਾ ਕੋਈ ਜੀ ਮਤਲਬ ਇਹ ਤਾਂ ਹੋ ਹੀ ਨਹੀਂ ਸਕਦੀ ਵੀ ਉਹਨੂੰ ਫਿਰ ਦੂਜੀ ਗੱਲ ਕੁਛ ਤੱਥ ਵੀ ਐਸੇ ਆ ਮਤਲਬ ਇਹ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਚੋਰੀ ਗਏ ਨਾ ਹੋਏ ਜੀ ਜੀ ਪਾਏ ਗਏ ਉਹ ਜੂਨ ਦੇ ਵਿੱਚ ਜਦ ਤੱਕ ਕੋਈ ਡੇਰੇ ਵਾਲਾ ਮਸਲਾ ਨਹੀਂ ਸੀ ਅਤੇ ਜਿਹੜੀ ਸੈਕਿੰਡ ਘਟਨਾ ਬਰਗਾੜੀ ਦੀ ਆ ਉਹ ਵੀ ਤਕਰੀਬਨ ਉਹਨਾਂ ਦਿਨਾਂ ਦੀ ਆ ਮਤਲਬ 1 ਦਿਨ ਪਹਿਲਾਂ ਦੀ ਆ ਜਾਂ 1 ਦਿਨ ਪਿੱਛੇ ਦੀ ਆ ਮਤਲਬ ਇਸ ਕਰਕੇ ਮੈਂ ਨਹੀਂ ਕਹਿ ਸਕਦਾ ਮਤਲਬ ਉਹ ਤਾਂ ਕਿਸੇ ਤਰ੍ਹਾਂ ਜੁੜਦੀ ਨਹੀਂ ਇਹ ਜਣੀ ਐਵੇਂ ਲੋਕ ਗੱਲ ਨੂੰ ਕਹਿਣ ਦੇ ਮਾਰੇ ਜਾਂ ਕੁਛ ਕਰਨ ਦੇ ਮਾਰੇ ਜੀ ਜੀ ਨਾ ਇਹ ਪਹਿਲੀ ਗੱਲ ਇਹ ਆ ਵੀ ਇਹ ਗੱਲ ਮਤਲਬ ਕੋਈ ਆਪਣੇ ਘਰ ਅੱਗ ਬਾਲ ਸਕਦਾ ਆਪਣੇ ਪੈਰਾਂ ਥੱਲੇ ਅੱਗ ਆਉਣ ਪਾਊਗਾ ਇਹ ਗੱਲ ਇਹ ਗੱਲ ਧਿਆਨ ਲਾਂਭੇ ਕਰਨ ਵਾਸਤੇ ਐਡੀ ਵੱਡੀ ਸੈਕਰੀਫਾਈਸ ਕਿਉਂ ਕਰ ਸਕਦਾ ਓਕੇ ਵੀ ਐਡੇ
ਹਾਲਾਤ ਖਰਾਬ ਹੋ ਜਾਵੇ ਤਾਂ ਲੱਗਦਾ ਕਿ ਬਿਲਕੁਲ ਨਿਰਧਾਰ ਹੈ ਜੀ ਜੀ ਨਿਰਧਾਰ ਤਾਂ ਟੋਟਲੀ ਹੋ ਸਕੀ ਪ੍ਰੋਫੈਸਰ ਥੈਂਕ ਯੂ ਵੈਰੀ ਮੱਚ ਹੁਣ ਸਮਾਂ ਹੈ ਕਿ ਛੋਟੀ ਜੀ ਬ੍ਰੇਕ ਦਾ ਇਸ ਸੈਂਸਿਟਿਵ ਮੁੱਦੇ ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਜਾਰੀ ਰੱਖਾਂਗੇ ਕਈ ਅਹਿਮ ਸਵਾਲ ਹੈ ਜਿਹੜੇ ਲਵਾਂਗੇ ਬ੍ਰੇਕ ਦੇ ਬਾਅਦ ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਕਰਨ ਸਾਹਿਬ ਬ੍ਰੇਕ ਤੋਂ ਪਹਿਲਾਂ ਆਪਾਂ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਉਸ ਬਾਰੇ ਤੁਸੀਂ ਵੀ ਆਪਣੇ ਕਮੈਂਟ ਦੇਣਾ ਚਾਹੁੰਦੇ ਸੀ ਮੈਂ ਇਹ ਕਹਿ ਰਿਹਾ ਜੀ ਤੁਸੀਂ ਜੋ 12 ਅਕਤੂਬਰ ਨੂੰ ਹੋਇਆ ਜੀ ਇਸ ਗੱਲ ਨੂੰ ਨਾ ਦੇਖੋ ਲੇਕਿਨ ਇਹ ਰਾਤੋ ਰਾਤ ਤਾਂ ਨਹੀਂ ਹੋਇਆ ਇੱਥੇ ਤੱਕ ਪਹੁੰਚਣ ਲਈ ਕਾਫੀ ਸਮਾਂ ਲੱਗਿਆ ਤੁਸੀਂ ਪਹਿਲਾਂ ਸੱਚੇ ਸੌਦੇ ਵਾਲੇ ਸੰਤ ਰਾਮ ਰਹੀਮ ਸਿੰਘ ਜੀ ਦੇ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਭੜਕਾ ਦਿੱਤਾ ਕਿ ਉਹ ਇਹ ਕੀਤਾ ਇਹ ਕੀਤਾ ਉਹ ਸਾਡੇ ਕੋਲ ਇੱਕ ਲੰਬਾ ਇਤਿਹਾਸ ਹੈ ਔਰ ਉਹਨੂੰ ਗੁਨਾਹਗਾਰ ਲੋਕਾਂ ਦੇ ਵਿੱਚ ਸਾਬਤ ਕੀਤਾ ਲੋਕਾਂ ਲਈ ਉਹਨਾਂ ਦੇ ਮਨ ਦੇ ਵਿੱਚ ਨਫ਼ਰਤ ਪੈਦਾ ਕੀਤੀ ਜੀ ਅਕਾਲੀ ਪਾਰਟੀ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉੱਥੇ ਮਿਨਿਸਟਰੀ ਬਣ ਗਈ ਬੀਜੇਪੀ ਦੀ ਖੱਟੜ ਸਾਹਿਬ ਲੋਕ ਇਹ ਕਹਿੰਦੇ ਨੇ ਕਿ ਖੱਟੜ ਸਾਹਿਬ ਜਿਹੜੇ ਚੀਫ ਮਿਨਿਸਟਰ ਨੇ ਹਰਿਆਣੇ ਦੇ ਉਹਨਾਂ ਦੇ ਨਾਲ ਸੁਖਬੀਰ ਬਾਦਲ ਨੇ ਸਮਝੌਤਾ ਕੀਤਾ ਅਤੇ ਰਾਤੋ ਰਾਤ ਰਾਮ ਇਸ ਘਟਨਾ ਨਾਲ ਕੀ ਸੰਬੰਧ ਇਸ ਘਟਨਾ ਨਾਲ ਸੰਬੰਧ ਇਹ ਹੈ ਮੈਂ ਦੱਸਣਾ ਇਸ ਘਟਨਾ ਨਾਲ ਇਹ ਸੰਬੰਧ ਹੈ ਕਿ ਲੋਕਾਂ ਦਾ ਰੋਹ ਅਤੇ ਗੁੱਸਾ ਉਦੋਂ ਹੋਇਆ ਜਦੋਂ ਅਕਾਲੀ ਦਲ ਦੇ ਆਕਾ ਨੇ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਕੁਹਾ ਦਿੱਤਾ ਕਿ ਉਹ ਬੇਗੁਨਾਹ ਹੈ ਰਾਤੋ ਰਾਤ ਦੁੱਧ ਧੋਤੇ ਹੋ ਗਏ ਉਹ ਲੋਕਾਂ ਦੇ ਮਨਾਂ ਵਿੱਚ ਇੱਕ ਮਿੰਟ ਚੰਦੂ ਮਾਈ ਰਹਿ ਤੁਸੀਂ ਬੋਲਿਓ ਮੈਂ ਨਹੀਂ ਵਿੱਚ ਬੋਲ ਰਿਹਾ ਇੱਕ ਮਿੰਟ ਤੁਸੀਂ ਬੋਲਿਓ ਇਸ ਗੱਲ ਤਾਂ ਕਹਿਣਾ ਤੁਸੀਂ ਬੋਲਿਓ ਇਸ ਦਿਨ ਫਿਰ ਬਹਿਸ ਕਰ ਲਓ ਤੁਸੀਂ ਇੱਕ ਮਿੰਟ ਮੈਂ ਕਹਿਣਾ ਤੁਸੀਂ ਬੋਲਿਓ ਤੁਸੀਂ ਕਹੀ ਹੋ ਮੈਨੂੰ ਕਹਿ ਗੱਲ ਤਾਂ ਖਤਮ ਕਰ ਲੈਣਾ ਕਰ ਲਓ ਮੇਰਾ ਕਹਿਣ ਦਾ ਭਾਵ ਮਤਲਬ ਇਹ ਹੈ ਕਿ ਉਹ ਲੋਕਾਂ ਦਾ ਗੁੱਸਾ ਜਿਹੜਾ ਸੀ ਕਿ ਇਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੇ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਜਿਹੜਾ ਉਹ ਮਾਫ਼ੀਨਾਮਾ ਮਰਿਆਦਾ ਤੋਂ ਬਿਨਾਂ ਦੇ ਦਿੱਤਾ ਉਸ ਦੇ ਵਿੱਚ ਲੋਕਾਂ ਦਾ ਗੁੱਸਾ ਸੀ ਜਿਹੜਾ ਨਿਕਲ ਕੇ ਬਾਹਰ ਆ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈ ਉਹ ਕਿਸਦੀ ਸ਼ਰਾਰਤ ਹੈ ਇਹ ਬਾਅਦ 'ਚ ਆਏਗੀ ਲੇਕਿਨ ਗੁੱਸੇ ਦੇ ਮਨ ਗੁੱਸਾ ਇਹ ਹੈ ਕਿ ਇਹਨਾਂ ਨੂੰ ਪੁੱਛੋ ਤੁਹਾਡੇ SGPC ਦੇ ਸਾਡੀ ਗੱਲ ਛੱਡ ਦਿਓ ਆਮ ਬੰਦਿਆਂ ਦੀ ਗੱਲ ਛੱਡ ਦਿਓ SGPC ਦੇ ਪੜੈਨ ਜਿਹੜਾ ਉੱਥੋਂ ਸਿੱਧਵਾਂ ਬੇਟ ਤੋਂ SGPC ਮੈਂਬਰ ਹੈ ਉਹਨੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਅੱਜ ਇੱਕ ਹੋਰ ਮੈਂਬਰ ਨੇ ਦਿੱਤਾ ਇੱਕ ਹੋਰ ਮੈਂਬਰ ਕਿਹਨੇ ਦਿੱਤਾ ਬਲਟੋਹਾ ਤੋਂ ਕੀ ਨਾਂ ਉਹਨਾਂ ਦਾ ਸੰਤ ਹਰਬੰਸ ਸਿੰਘ ਨੌਕਰਿਆਲਾ ਹਾਂਜੀ ਨਹੀਂ ਉਹ ਕਰਿਆਲਾ ਅਲੱਗ ਇੱਕ ਲੰਬੀ ਹਲਕੇ 'ਚ ਇੱਕ SGPC ਗੋਰਾ ਉਹਨਾਂ ਨੇ ਵੀ ਅਸਤੀਫਾ ਦਿੱਤਾ ਨਹੀਂ ਗੋਰਾ ਸਾਹਿਬ ਨੇ ਅਸਤੀਫਾ ਦਿੱਤਾ ਔਰ ਬਾਬਾ ਅਵਤਾਰ ਸਿੰਘ ਬਲਟੋਹਾ ਵਾਲੇ ਉਹੀ ਨੇ ਕਰਿਆਲਾ ਹਾਂਜੀ ਉਹਨਾਂ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਕੋਠੇ ਗੱਜਣ ਸਿੰਘ ਦੀ ਪੂਰੀ ਪੰਚਾਇਤ ਨੇ ਸਰਪੰਚ ਇਹਨਾਂ ਦਾ ਸੀਗਾ ਦਰਸ਼ਨ ਸਿੰਘ ਅਤੇ ਪੂਰੀ ਪੰਚਾਇਤ ਜਿਹੜੀ ਅਕਾਲੀਆਂ ਦੀ ਸੀ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਹਿੰਦੇ ਅਕਾਲੀਆਂ ਨੂੰ ਅਸੀਂ ਇੱਥੇ ਵੜਨ ਨਹੀਂ ਦੇਣਾ ਇਹ ਕੀ ਹੈ ਜਿਸ ਤਰ੍ਹਾਂ ਕੁਛ ਚਾਹੇ ਦੋ ਜਿਹੜੀਆਂ ਹੈਗੀਆਂ ਪੰਚਾਇਤਾਂ ਨੇ ਅਸਤੀਫਾ ਦਿੱਤਾ ਜਾਂ ਦੋ ਚਾਰ SGPC ਮੈਂਬਰ ਜਿਹੜੇ ਉਹਨਾਂ ਇਹਨਾਂ ਦਾ ਕਹਿਣਾ ਹੈ ਕਿ ਵੀ ਲੋਕਾਂ 'ਚ ਜਿਹੜਾ ਪਹਿਲਾਂ ਇੱਕ ਸਮਝੌਤਾ ਹੋਇਆ ਜਿਹੜਾ ਆਮ ਲੋਕਾਂ ਦੀ ਸਹਿਮਤੀ ਨਾਲ ਕਿਹਾ ਜਾਂਦਾ ਨਹੀਂ ਹੋਇਆ ਇੱਕ ਜਦੋਂ ਹੁਣ ਪ੍ਰੋਟੈਸਟ ਕਰ ਰਹੇ ਲੋਕ ਤਾਂ ਉਹਦੀ ਵੀ ਇੱਕ ਵਜ੍ਹਾ ਹੈਗੀ ਹੈ ਕਿ ਲੋਕਾਂ ਦੇ ਮਨਾਂ 'ਚ ਇੱਕ ਅਬਾਲ ਹੈ ਦੇਖੋ ਮੈਂ ਕਹਿਣਾ ਵੀ ਤੁਸੀਂ ਜਿਹੜੀ ਬਹਿਸ ਅੱਜ ਦਾ ਵਿਸ਼ੇ 'ਤੇ ਰੱਖੀ ਆ ਜੀ ਵਾਕਈ ਉਹ ਬੜੀ ਅਹਿਮ ਆ ਬੜੀ ਸੰਜੀਦਗਾ ਹੈ ਔਰ ਬੜੀ ਜਜ਼ਬਾਤੀ ਆ ਸਾਡੇ ਅੰਦਰ ਅਜੇ ਅੱਗ ਦੇ ਭਾਂਬੜ ਮੱਚ ਰਹੇ ਆ ਔਰ ਅਸੀਂ ਉਦੋਂ ਤੱਕ ਸਾਡਾ ਰੋਸ ਗੁੱਸਾ ਠੰਡਾ ਨਹੀਂ ਹੋ ਸਕਦਾ ਜਿੰਨੀ ਦੇਰ ਦੋਸ਼ੀ ਕਟਹਿਰੇ 'ਚ ਫੜ ਕੇ ਉਹ ਸਾਹਮਣੇ ਨਹੀਂ ਆਉਂਦੇ ਦੇਖੋ ਬੜੀ ਵੱਡੀ ਗੱਲ ਆ ਦੇਖੋ ਤੁਸੀਂ ਕਹੀ ਬਹੁਤ ਬੁਰੀ ਔਰ ਮਾੜੀ ਘਟਨਾ ਸਾਡੇ ਸਾਹਮਣੇ ਹੋਈ ਆ ਔਰ ਸਾਡੇ ਹੁੰਦਿਆਂ ਹੋਈ ਆ ਜੀ ਜੀ ਅਸੀਂ ਕਦੇ ਮਾਫ਼ ਨਹੀਂ ਕਰ ਸਕਦੇ ਅਸੀਂ ਉਨੀ ਦੇਰ ਚੈਨ ਨਾਲ ਨਹੀਂ ਬੈਠ ਸਕਦੇ ਜਿੰਨੀ ਦੇਰ ਅਸੀਂ ਉਹ ਗੁਨਾਹਗਾਰਾਂ ਨੂੰ ਸਾਹਮਣੇ ਲਿਆਉਂਦੇ ਇਹਨਾਂ ਲਈ ਪ੍ਰਾਇਓਰਟੀ ਹੋ ਸਕਦੀ ਹੈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲੈਣਾ ਇਹਨਾਂ ਲਈ ਪ੍ਰਾਇਓਰਟੀ ਕੋਈ ਡੇਰਾ ਸੱਚਾ ਸੌਦਾ ਨੂੰ ਖੁਸ਼ ਕਰਨਾ ਜਾਂ ਮਨਾਉਣਾ ਮੈਂ ਉਹੀ ਕਹਿਣਾ ਪਰ ਉਹ ਪਿਛੋਕੜ ਦੀਆਂ ਗੱਲਾਂ ਨੂੰ ਰਲਗੜ ਕਰਕੇ ਮੈਂ
ਬਾਰ ਬਾਰ ਅਪੀਲ ਕਰਦਾ ਵੀ ਐਸੀਆਂ ਸੰਜੀਦਗੀ ਵਾਲੀਆਂ ਜਜ਼ਬਾਤੀ ਔਰ ਸਾਡੇ ਬਲੁੰਦਰ ਹਿਰਦੇ ਬਲੁੰਦਰ ਵਾਲੀਆਂ ਘਟਨਾਵਾਂ ਨੂੰ ਜਿਹੜੇ ਗੰਭੀਰਤਾ ਨਾਲ ਨਾ ਲਿਆ, ਅਸੀਂ ਇਹਨਾਂ ਦਾ ਰਾਜਸੀਕਰਨ ਕਰਦੇ ਰਹੇ, ਇਹਨਾਂ ਦੇ ਰਾਜਸੀ ਲਾਹੇ ਲੈਣ ਦੀ ਗੱਲਾਂ ਕਰਦੇ ਰਹੇ ਜੀ, ਪ੍ਰੋਫੈਸਰ ਮੈਂ ਦੋਸ਼ੀ ਨੇ ਉਹ ਬਚ ਜਾਣ, ਉਹ ਪ੍ਰੋਫੈਸਰ ਤੁਸੀਂ ਕਹਿ ਚੁੱਕੇ ਹੋ ਦਾ ਕੋਸ਼ਿਸ਼ ਜਿਹੜੇ ਕਲਪਰੇਟ ਆ ਨਾ ਜੀ, ਉਹਨਾਂ ਦੇ ਇੱਕੋ ਮਨਸਾ ਵੀ ਅਸੀਂ ਪੰਜਾਬ ਦੇ ਵਿੱਚ ਲਾਂਬੂ ਲਾਈਏ, ਪੰਜਾਬ ਦੇ ਅਮਨ ਭਾਈਚਾਰੇ ਨੂੰ ਖਰਾਬ ਕਰੀਏ, ਬਿਲਕੁਲ ਠੀਕ ਹੈ, ਤਮਾਸ਼ਾ ਦੇਖੀਏ ਪੰਜਾਬ ਦੇ, ਸਾਨੂੰ ਲੜਾ ਕੇ ਆਪਸ ਵਿੱਚ ਆਪ ਪੰਜਾਬ ਦੇ ਅਮਨ ਨੂੰ ਕੋਈ ਲਾਂਬੂ ਲਾਉਣ ਦੀ ਬਿਲਕੁਲ ਸਹੀ ਹੈ, ਕੋਈ ਪੰਜਾਬ ਵਾਸੀ ਤਿਆਰ ਨਹੀਂ ਹੋਏਗਾ, ਪਰ ਸਵਾਲ ਪੈਦਾ ਹੁੰਦਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਸੰਤ ਸਮਾਜ ਜਿਹੜੀ ਇਹਨਾਂ ਨੇ ਵੀ ਗੱਲ ਕੀਤੀ, ਉਹਨਾਂ ਦਾ ਵੀ ਐਲੀਗੇਸ਼ਨ ਹੈ ਕਿ ਅਸੀਂ ਪੁਰਅਮਨ ਧਰਨਾ ਦੇ ਰਹੇ ਸੀ, ਜਿਸ ਤਰੀਕੇ ਦੇ ਨਾਲ ਉਸ ਦਿਨ ਗੋਲੀਆਂ ਚੱਲੀਆਂ, ਦੋ ਬੰਦੇ ਜਿਹੜੇ ਹੈਗੇ ਮਾਰੇ ਗਏ, ਅਲਟੀਮੇਟਲੀ ਆਪਾਂ ਜਿਹੜੀ ਕਿ ਸਰਕਾਰ ਜਾਂ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਤੋਂ ਕਿਵੇਂ ਬਚ ਸਕਦੀ? ਕਿਸੇ ਤਰ੍ਹਾਂ ਨਹੀਂ ਬਚ ਸਕਣਗੇ, ਜਿਹੜਾ ਜ਼ਿੰਮੇਵਾਰ ਹੋਊਗਾ, ਮੈਂ ਕਿਹਾ ਜਦੋਂ ਆਪਾਂ ਸਭ ਤੋਂ ਵੱਡੀ ਗੱਲ ਕਹਿੰਦੇ ਵੀ ਜਸਟਿਸ ਦੀ ਇਨਕੁਆਇਰੀ ਬਿਠਾਓ ਜੀ, ਜਸਟਿਸ ਜੋਰਾ ਸਿੰਘ ਦੀ ਇਨਕੁਆਇਰੀ ਬਿਠਾਤੀ ਅਤੇ ਹੁਣ ਸਾਹਮਣੇ ਤੱਥ ਆ ਜਾਣਗੇ, ਪੁਲਿਸ ਦਾ ਵਰਸ਼ਨ ਠੀਕ ਆ, ਸਿੱਖ ਜਥੇਬੰਦੀਆਂ ਦਾ ਠੀਕ ਆ, ਕੀ ਵਰਸ਼ਨ ਆ, ਅਤੇ ਜਦੋਂ ਗੱਲਾਂ ਤੱਥ ਸਾਹਮਣੇ ਆਏ ਅਤੇ ਉਦੋਂ ਹੀ ਫਿਰ ਸਜ਼ਾ ਹੋਏਗੀ, ਹੁਣ ਤਾਂ ਇਨਕੁਆਇਰੀ ਸ਼ੁਰੂ ਹੋ ਗਈ ਨਾ। ਓਕੇ ਪ੍ਰੋਫੈਸਰ ਸਾਹਿਬ, ਇੱਕ ਗੱਲ ਜਿਹੜੀ ਇਹਦੇ 'ਚ ਗੱਲ ਜਿਹੜੀ ਮੈਂ ਤੁਹਾਡੇ ਵੱਲ ਆਉਣ ਤੋਂ ਪਹਿਲਾਂ ਮੈਂ ਗੱਲ ਇਹ ਵੀ ਜਾਣਨਾ ਚਾਹਾਂਗਾ, ਅਕਸਰ ਇਹ ਗੱਲ ਆਉਂਦੀ ਹੈ ਕਿ ਜਦੋਂ ਪੁਲਿਸ ਇੱਦਾਂ ਦੀ ਗੋਲੀਬਾਰੀ ਕਰਦੀ ਆ, ਹੋਰ ਚਲਾਉਂਦੀ ਹੈਗੀ ਆ, ਤਾਂ ਸਰਕਾਰ ਜਿਹੜੀ ਹੈਗੀ ਆ ਉਸਦੇ ਥਾਪੜੇ ਤੋਂ ਬਗੈਰ ਇੱਦਾਂ ਜੇ ਉਹ ਕਰਦੇ ਆ ਤਾਂ ਫੌਰੀ ਤੌਰ 'ਤੇ ਉਹਨਾਂ 'ਤੇ ਐਕਸ਼ਨ ਲਿਆ ਜਾਂਦਾ। ਆਪਾਂ ਕੋਈ ਪੁਲਿਸ ਵਾਲੇ ਆਈਡੈਂਟੀਫਾਈ ਕੀਤੇ ਜਿਵੇਂ ਇਹਨਾਂ ਨੇ ਕਿਹਾ ਵੀ ਕਿਹਨਾਂ ਨੇ ਗੋਲੀ ਚਲਾਈ ਹੈ? ਦੇਖੋ, ਇਸ ਲਈ ਇਹੀ ਤਾਂ ਆਈਡੈਂਟੀਫਾਈ ਕਰਨ ਵਾਸਤੇ ਤਾਂ ਇਹ ਸਾਰਾ ਕਮਿਸ਼ਨ ਬਿਠਾਇਆ ਜੀ ਜੀ, ਅਤੇ ਬਹੁਤ ਜਲਦੀ ਉਹਨੂੰ ਵਿਦਇਨ 2 ਮੰਥ ਉਹਨੂੰ ਕਿਹਾ ਵੀ ਰਿਪੋਰਟ ਦੇ, ਇਸ ਕਰਕੇ ਆਈਡੈਂਟੀਫਾਈ ਵੀ ਹੋਣਗੇ ਪੂਰੀ ਡਿਟਰਮਿਨ ਸਰਕਾਰ। ਦੂਜੀ ਗੱਲ ਪ੍ਰੋਫੈਸਰ, ਜਿਹੜੀਆਂ ਸਿੱਖ ਜਥੇਬੰਦੀਆਂ ਬਾਰ ਬਾਰ ਇਹ ਕਹਿ ਰਹੀਆਂ ਕਿ ਪੁਰਅਮਨ ਦੇ ਉੱਤੇ ਸਾਡੇ ਦੇ ਉੱਤੇ ਜਿਹੜੀਆਂ ਗੋਲੀਆਂ ਚੱਲੀਆਂ, ਦੇਖੋ ਜੇ ਪੁਰਅਮਨ 'ਤੇ ਚਲਾਈਆਂ ਤਾਂ ਜਿਹੜੇ ਪੁਲਿਸ ਅਫਸਰਾਂ ਨੇ ਚਲਾਈਆਂ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਨਹੀਂ ਬਖਸ਼ਿਆ ਜਾਊਗਾ, ਉਹਨਾਂ ਨੂੰ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਓਕੇ, ਕੰਨਰ ਸਾਹਿਬ, ਤੁਹਾਨੂੰ ਲੱਗਦਾ ਕਿ ਜਿੱਦਾਂ ਪ੍ਰੋਫੈਸਰ ਦਾ ਕਹਿਣਾ ਕਿ ਅਸੀਂ ਕਮਿਸ਼ਨ ਬਹਾਇਆ, ਅੱਜ ਮੁੱਖ ਮੰਤਰੀ ਜੀ ਨੇ ਐਲਾਨ ਵੀ ਕੀਤਾ ਕਿ ਜਸਟਿਸ ਜੋਰਾ ਸਿੰਘ ਜਿਹੜੇ ਹੈਗਾ ਕਮਿਸ਼ਨ ਨੂੰ ਹੈੱਡ ਕਰਨਗੇ ਔਰ ਰਿਪੋਰਟ ਆਏਗੀ, ਅਕਸਰ ਕਈ ਵਾਰੀ ਹੁੰਦਾ ਕਿ ਕਮਿਸ਼ਨ ਬੈਠਦੇ ਆ ਅੱਗੇ ਫਿਰ ਲਟਕਦੇ ਆ, ਐਕਸਟੈਂਸ਼ਨਾਂ ਹੁੰਦੀਆਂ, ਤੁਹਾਨੂੰ ਕਿਵੇਂ ਲੱਗਦਾ ਕਿ ਕਮਿਸ਼ਨ ਕੋਈ ਇਨਸਾਫ ਦੇਵੇਗਾ? ਤੁਸੀਂ ਸਵਾਲ ਵੀ ਕਰ ਦਿੱਤਾ ਹੈ ਸਿੱਧੂ ਸਾਹਿਬ, ਅਤੇ ਤੁਸੀਂ ਜਵਾਬ ਵੀ ਦੇ ਦਿੱਤਾ, ਇਹ ਜਦੋਂ ਗੱਲ ਨੂੰ ਲਟਕਾਉਣਾ ਹੁੰਦਾ, ਲੰਮੇ ਪਾਉਣਾ ਹੁੰਦਾ, ਸਮਾਂ ਲੈਣਾ ਹੁੰਦਾ ਔਰ ਉਹਨੂੰ ਜਿਹੜਾ ਹੈ ਕਮਿਸ਼ਨਾਂ ਦੇ ਚੱਕਰ 'ਚ ਪਾ ਦਿਓ, ਇਹ ਰਾਜਨੀਤਿਕ ਲੋਕਾਂ ਦੀ ਇਹ ਪੁਰਾਣੀਆਂ ਚਾਲਾਂ ਨੇ ਜੀ ਜੀ, ਔਰ ਇਹ ਉਹ ਪੁਰਾਣੀਆਂ ਚਾਲਾਂ ਖੇਡ ਰਹੇ ਨੇ ਇਸ ਗੱਲ ਨੂੰ ਲਟਕਾਉਣ ਵਾਸਤੇ ਕਿ ਲੋਕਾਂ ਦਾ ਗੁੱਸਾ ਜਿਹੜਾ ਹੈ 2-4 ਮਹੀਨਿਆਂ 'ਚ ਠੰਡਾ ਪੈ ਜਾਏਗਾ। ਔਰ ਲੇਕਿਨ ਜੋ ਚੰਦੂ ਮਾਜਰਾ ਸਾਹਿਬ ਗੱਲ ਦਾ ਧਿਆਨ ਨਹੀਂ ਦੇ ਰਹੇ, ਤੁਸੀਂ ਐਂਡ ਤੋਂ ਫੜ ਰਹੇ ਹੋ ਬਈ ਉੱਥੇ ਗੋਲੀ ਚੱਲ ਗਈ, ਉਹਦੇ ਕਿਉਂ ਚੱਲੀ, ਯੇ ਉਹ, ਦੈਟ ਇਜ਼ ਨੋਟ ਦੀ ਇਸ਼ੂ। ਇਸ਼ੂ ਹੈ ਕਿ ਇੱਥੇ ਤਾਂ ਗੱਲ ਪਹੁੰਚੀ ਕਿਉਂ ਹੈ, ਦੈਟ ਇਜ਼ ਦੀ ਪੁਆਇੰਟ, ਜਿਸ ਗੱਲ ਦਾ ਚੰਦੂ ਮਾਜਰਾ ਸਾਹਿਬ ਜਵਾਬ ਨਹੀਂ ਦੇ ਰਹੇ। ਵੀ ਇਹਦਾ ਬਾਅਦ ਜੇ ਤੁਸੀਂ ਜਿੱਥੋਂ ਤੁਸੀਂ ਕਹਿੰਦੇ ਹੋ ਜੇ ਡੇਰੇ ਵਾਲੇ ਮਸਲੇ ਚੱਲੀ ਆ, ਇਟ ਮੀਨਸ ਵੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਜਾਂ ਪਵਿੱਤਰ ਅੰਗ ਅਲੱਗ ਅਲੱਗ ਹੋਏ ਨੇ, ਵੀ ਫਿਰ ਉਸ ਗੱਲ ਦਾ ਵੀ ਚੰਦੂ ਮਾਜਰਾ ਸਾਹਿਬ ਤੁਸੀਂ ਜਵਾਬ ਨਹੀਂ ਦਿੱਤਾ ਕਿ 7 ਜੂਨ ਤੋਂ ਇਹ ਕੰਮ ਕਾਰਵਾਈ ਹੋਈ ਹੋਈ ਹੈ। ਚਲੋ ਤੁਸੀਂ ਸਰਕਾਰ ਜਵਾਬ ਦੇਵੇ, 7 ਜੂਨ ਤੋਂ ਇਹ ਘਟਨਾ ਹੋਈ ਹੋਈ, ਤੁਸੀਂ ਅੱਜ ਤੱਕ ਕੀ ਕੀਤਾ? ਤੁਸੀਂ ਕਹਿੰਦੇ ਹੋ ਜਵਾਬ ਨਹੀਂ ਦਿੱਤਾ, ਮੈਂ ਤਾਂ ਸ਼ੁਰੂ ਇੱਥੋਂ ਕੀਤਾ। ਤੁਸੀਂ ਮੈਨੂੰ ਦੱਸੋ 7 ਜੂਨ ਤੋਂ 12 ਅਕਤੂਬਰ ਤੱਕ ਮੈਂ ਤਾਂ ਸ਼ੁਰੂ ਇੱਥੋਂ ਕੀਤੀ ਆ ਵੀ ਜਿਹੜੀ 7 ਜੂਨ ਦੇ ਵਿੱਚ ਜਿਹੜੀ ਗੱਲ ਹੋਈ ਬੜੀ ਲਾਪਰਵਾਹੀ ਵਰਤੀ, ਅਧਿਕਾਰੀ ਨੇ ਵਰਤੀ, ਜਿੱਥੇ ਵੀ ਵਰਤੀ ਗਈ ਉਹਦੀ ਪਹਿਚਾਣ ਹੋ ਰਹੀ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਹੁਣ ਜਿਹੜੀ ਸਸਤੀ ਕਿਸਮ ਦੀ ਸਿਆਸਤ ਹੈ ਨਾ, ਇਹ ਤੋਂ ਉੱਪਰ ਉੱਠਣ ਦੀ ਲੋੜ ਹੈ। ਇਹ ਤੋਂ ਉੱਪਰ ਉੱਠ ਕੇ ਭਾਈਚਾਰੇ ਦੀਆਂ ਇੱਕ ਤਾਂ ਤੰਦਾਂ ਨਾ ਟੁੱਟਣ ਦੇਣ, ਪਹਿਲੀ ਗੱਲ ਹੈ। ਨੰਬਰ 2, ਸਿਰਫ ਵੋਟਾਂ ਵੱਲ ਧਿਆਨ ਨਾ ਹੋਵੇ। ਠੀਕ ਹੈ। ਨੰਬਰ 3, ਜਿਹੜੀ ਮੈਂ ਪਹਿਲਾਂ ਕਹੀ ਸੀ, ਸਿਰਫ ਵੋਟਾਂ ਵੱਲ ਮੈਂ ਕਿਹਾ, ਮੇਰਾ ਸ਼ਬਦ ਸਿਰਫ ਥੱਲੇ ਨਾ ਸੁੱਟੋ, ਵੋਟਾਂ ਵੱਲ ਧਿਆਨ ਰੱਖਣ, ਲੇਕਿਨ ਮਨੁੱਖਤਾ ਦਾ ਪਹਿਲੀ ਗੱਲ ਹੈ ਭਈ ਜੇ ਸਾਰੇ ਲੀਡਰ, ਕਿਉਂਕਿ ਜਿਹੜਾ ਜੇ ਚੰਦੂ ਮਾਜਰਾ ਸਾਹਿਬ ਇੱਕ ਕੰਸਟੀਚੁਐਂਸੀ 'ਚੋਂ ਚੁਣੇ ਗਏ ਆ, ਇਹ ਹੁਣ ਇੱਕ ਫਿਰਕੇ ਦੇ ਲੀਡਰ ਨਹੀਂ ਹੈ, ਇਹ ਪੂਰੇ ਉਸ ਪੰਜਾਬ ਦੇ ਆ, ਸਾਰੇ ਫਿਰਕਿਆਂ ਦੇ ਲੀਡਰ, ਉਸ ਕੰਸਟੀਚੁਐਂਸੀ ਸਾਰੇ ਫਿਰਕਿਆਂ ਦੇ ਲੋਕ ਰਹਿੰਦੇ, ਅਤੇ ਇਹ ਇੱਕ ਗਲਤ ਫਹਿਮੀ ਜਿਹੜੀ ਨਾ ਰਾਜਨੀਤਿਕਾਂ ਵਿੱਚ ਆ ਗਈ ਆ ਭਈ ਮੇਰੇ ਇਹ ਵੋਟਰ ਨੇ, ਮੈਂ ਇਹਨਾਂ ਦੀ ਉਹ ਮਦਦ ਕਰਨੀ ਹੈ, ਗਲਤ ਗੱਲ ਹੈ। ਚੁਣੇ ਜਾਣ ਤੋਂ ਬਾਅਦ ਪੂਰਾ ਪੰਜਾਬ ਉਸ ਪਾਰਟੀ ਦਾ ਜਿਹੜੀ ਪਾਰਟੀ ਜਿੱਤੀ ਹੋਈ ਆ, ਜਿਹਦੀ ਹਕੂਮਤ, ਉਹਨੂੰ ਖਿਆਲ ਰੱਖਣਾ ਪਏਗਾ। ਇੱਕ ਮਿੰਟ ਮੇਰੀ ਗੱਲ ਸੁਣ ਲਿਓ, ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਸੀ ਭਈ ਸਿਆਸਤਦਾਨ
कई बार गल ऐसी करवा देंदे आ करते नहीं करवा देंगे जिहदे नाल पहला इशू दबिया जाए तो नवा इशू जाग पाए ओके वह मैं जिहड़ा पहला सिंह साहिबान वाली गल कही सी बहुत पखी हुई सी लोग बड़े ही रोस विच सन ते ओह रोस करके यह घटना एक नवी हो गई मैं नहीं कहता पिया अकाली दल ने करवाई आ मालवे च काफी रिस्पोंस भी मिले चंगी गल है कि पीसफुल रहा इस तरह दुआबे तो शायद घट होगा माझे च भी काफी रिस्पोंस मिले ये लगता नहीं कि लोगों के अंदर रोस हैगा काफ़ी और जो मैं कह प्रोफेसर साहब तुसी भी आप सारे ने पंजाब का बड़ा लंबा दौर हंडाया शायद प्रोफेसर गल जी वधा के ना हो कि पंजाब दे च खाड़कूवाद के दौर तो बाद शायद पहला मौका है कि किसी इमोशनल मुद्दे से पंजाब के लोगों ने बंद किया इस तो पहले इस तरह बंद नहीं होया कोई पोलीटिकल पार्टियां होर अपने तौर पर सरकारी बंद होंगे रहे हैं पर लोगों का बंद इस तो लगता नहीं है कि लोगों के प्रोटेस्ट देखो है। बिल्कुल प्रोटेस्ट आ बिल्कुल रोस आ और सुभाविक सी रोस होना कुदरती तौर पर गुस्सा मैं तो आप कहने भी उन्नी देर साढ़े अग नहीं बुझ सकती उन्नी देर साढ़े अरमान शांत नहीं हो सकते जिन्नी देर दोषी कटहरे सामने नहीं आते जिथे तक एक गल ठीक तुम कहा भी रो ये बिल्कुल रोस आते होया बंद तो नाल मैं ये भी कहना भी इन्ने रोस तो एडे जज्बाती भरे माहौल के भी जिस तरह पंजाब के लोगों ने अमन भाईचारा तो शांतपूर्व तरीके मतलब रोस किया यह भी पंजाब के बख्शिश आ गुरुआ पीर पैगंबर ऋषिया मुनिया की जिस तरीके दे नाल गुरु ग्रंथ साहब जी बेअदबी की गई है जिसनों लैके जिदा आप गल की है पंजाब ही नहीं देश ही नहीं विदेशों बैठिया जिहड़ियां सिख संगतां दे भाईचारे भी एक व्यापक रोस है इन्हां मुद्दों से असीं अपने मेहमानों के नाल दो पड़ाव ही चर्चा कर रहे हैं पहले पड़ा की चर्चा शामिल होने मैं अपने तिना मेहमानों का धनवादी हैं और अपने दर्शकों लिए भी यह स्नेह है कि इस दूजे पड़ा की चर्चा तिने मेहमान जोड़े है हाजिर रहेंगे और तो भी स्नेह है कि तुम दूजे पड़ा की चर्चा देखना ना भुलना ये बारे कोई भी रह जा अपना सुझाव देना हो जगतार सिद्धू @ globalpunjabtv.com